ਕਿਸਾਨਾਂ ਨੇ ਜਿਹੜੇ ਆਸ-ਪਾਸ ਪਿੰਡਾਂ ਅੰਦਰ ਦੁੱਧ ਨਾਲ ਬਣਿਆ ਸਮਾਨ ਸਪਲਾਈ ਕਰਦੀ ਸੀ ਨੂੰ ਰੋਕਿਆ। ਮੌਕੇ ਤੇ ਸਿਹਤ ਵਿਭਾਗ ਦੀ ਟੀਮ ਪਹੁੰਚੀ। ਕਿਸਾਨ ਆਗੂਆਂ ਦੇ ਦੋਸ਼ ਲਾਇਆ ਕਿ ਇਹ ਗੱਡੀ ਵਿੱਚ ਸਪਲਾਈ ਕੀਤਾ ਜਾ ਰਿਹਾ ਸਮਾਨ ਨਕਲੀ ਹੈ। ਉਧਰ ਮਾਮਲੇ ਤੋਂ ਫੜਨ ਤੋਂ ਬਾਅਦ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਤੇ ਪੁੱਜ ਕੇ ਗੱਡੀ ਅੰਦਰ ਸਮਾਨ ਦੇ ਸੈਂਪਲ ਲਏ। ਆਗੂਆਂ ਦੇ ਗੱਡੀ ਅਤੇ ਚਾਲਕ ਨੂੰ ਫੜ ਕੇ ਗੱਡੀ ਸਿਵਲ ਹਸਪਤਾਲ ਆਲਮਵਾਲਾ ਵਿਖੇ ਖੜੀ ਕਰ ਦਿੱਤੀ। ਹਾਂਜੀ ਬਾਜੀ, ਕੀ ਨਾਮ ਤੁਹਾਡਾ? ਮੈਂ ਸਤਪਾਲ ਹੈ। ਮਾੜਾ ਜਿਹਾ ਜਾਨ ਨਾਲ ਬੋਲ ਯਾਰ। ਸਤਪਾਲ ਹੈ, ਚਾਹ ਨਾ ਪੀਤੀ ਹੈ ਜੀ। ਅੱਛਾ, ਕੀ ਨਾਮ ਤੁਹਾਡਾ? ਸਤਪਾਲ। ਇਹ ਜਿਹੜੀ ਗੱਡੀ ਤੁਹਾਡੀ ਹੈ ਜੀ? ਨਹੀਂ ਜੀ, ਹਾਂ ਮੈਂ ਡਰਾਈਵਰ ਹੀ ਆ। ਅੱਛਾ, ਤੇ ਨਾਲ ਵਾਲਾ ਕੌਣ ਹੈ? ਇਹ ਵੀ ਮੁਲਾਜ਼ਮ ਹੈ। ਇਹ ਕਨੈਕਟਰ ਤੁਹਾਡੇ ਨਾਲ ਸਹਾਇਕ? ਹਾਂਜੀ। ਇਹ ਮਾਲ ਜਿਹੜਾ ਕਿੱਥੇ ਕਿੱਥੇ ਸਪਲਾਈ ਕਰਦੇ ਹੋ? ਇਹ ਜੀ ਹੁਣ ਸਾਰੇ ਪਿੰਡਾਂ 'ਚ ਹੁੰਦਾ ਜੀ। ਕਿਹੜੇ ਕਿਹੜੇ ਪਿੰਡਾਂ 'ਚ? ਨਾਂ ਦੱਸੋ। ਇਹ ਹੋ ਗਿਆ ਜੀ ਇੱਧਰ, ਕੀ ਨਾਂ ਜੀ? ਮੈਂ ਬਦਰ। ਬੋਲੋ 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 ਜੀ। ਅੱਛਾ ਜੀ, ਹਾਂ ਤੇ ਆਲਮਾਲਾ ਜੀ। ਠੀਕ ਹੈ। ਤੇ ਅਰਨੀ ਵਾਲਾ ਜੀ। ਠੀਕ ਹੈ। ਕਿੰਨੇ ਪਿੰਡਾਂ 'ਚ ਕਰਦੇ ਹੋ? ਹੈਗਾ 8-10 ਪਿੰਡ ਹੋਣਗੇ ਜੀ। 10 ਪਿੰਡ। ਇਹ ਡੇਲੀ ਸਪਲਾਈ ਤੁਹਾਡੀ? ਹਾਂਜੀ, ਕਿਹੜੇ ਪਿੰਡ ਕਿਹਦੇ ਜਾ ਗਏ ਜੀ? ਇੱਕ ਦਿਨ ਛੱਡ ਕੇ ਉੱਧਰ, ਕਿਹਦੇ ਉੱਧਰ ਜੀ? ਠੀਕ ਹੈ। ਤੇ ਇਹ ਜਿਹੜਾ ਤੁਸੀਂ ਨਾਲ ਕੈਨੀਆਂ ਰੱਖੀਆਂ ਹੋਈਆਂ ਵੱਖ ਵੱਖ, ਇਹ ਦਹੀਂ ਦੀ ਕੈਨੀ ਭਰੀ ਦੇ ਦਿੰਦੇ, ਖਾਲੀ ਚੱਕ ਲੈਂਦੇ ਜੀ ਵਾਪਸ। ਅੱਛਾ, ਤੇ ਇਹ ਭਰ ਕੇ ਮੰਨ ਲਓ ਜਿਹਦੇ ਕੋਲ ਕੈਨੀ ਹੈ ਨਹੀਂ ਫਿਰ? ਹਾਂਜੀ, ਕੈਨੀ ਨਗਰੇ ਤੇ ਲੈ ਜਾਂਦੇ ਖਾਲੀ? ਨਹੀਂ, ਇਹਨਾਂ 'ਚ ਭਰ ਕੇ ਦਿੰਦੇ? ਨਹੀਂ, ਸਵਾਰ ਕੇ ਨਾ ਉਹ ਭਰੀਆਂ ਪਈਆਂ ਇਹਨਾਂ 'ਚ ਨਹੀਂ ਦਿੰਦੇ। ਨਹੀਂ, ਤੁਹਾਡੇ ਕੋਲ ਖੁੱਲ੍ਹਾ ਕੇ ਪੈਕਿੰਗ ਹੈ? ਸਾਡੇ ਕੋਲ ਪੈਕਿੰਗ ਹੈ ਜੀ। ਕਿਹੜੀ ਕੰਪਨੀ ਦੀ ਹੈ? ਕਿਹੜੀ ਕੰਪਨੀ? ਹੈ ਤਿੰਨਾਂ ਦੇ ਜੀ। ਕਿਹੜੀ? ਤਿੰਨਾਂ ਦੇ ਜੀ। ਵੀ ਪ੍ਰਾਈਵੇਟ ਆ, ਕੋਈ ਰਜਿਸਟਰਡ ਆ ਉਹ? ਇਹ ਤਾਂ ਮਾਲਕ ਨੂੰ ਪਤਾ। ਕਿੱਥੋਂ ਦੀ ਹੈ? ਮਕਸਦ ਦੀ। ਕਿੰਨੇ ਚਿਰ ਤੋਂ ਸਪਲਾਈ ਕਰਦੇ ਹੋ ਤੁਸੀਂ? 4-5 ਹੋ ਗਿਆ, 5-6 ਮਹੀਨੇ ਹੋ ਗਏ ਜੀ। 6 ਮਹੀਨੇ ਹੋ ਗਏ। ਕਿੰਨੀਆਂ ਗੱਡੀਆਂ ਤੁਹਾਡੀਆਂ ਇਸ ਤਰ੍ਹਾਂ ਦੀਆਂ? ਗੱਡੀਆਂ ਤਾਂ ਕਿ ਆਉਣੀਆਂ ਸੀ ਉਸ ਜਾਨੀ ਜਾ ਕੇ। ਨਹੀਂ, ਤੁਹਾਡੀ ਮੰਨ ਲਓ ਜਿੱਥੋਂ ਤੁਸੀਂ ਇਹਨੂੰ ਲੋਡ ਕਰਦੇ ਹੋ ਉੱਥੇ ਹੋਰ ਕਿੰਨੀਆਂ? ਸਾਲ ਦੀ ਗੱਡੀ ਲੋਡ ਕਰਦੇ ਹਾਂ। ਕਿੰਨੀਆਂ ਹੋਰ ਕਿੰਨੀਆਂ ਹੁੰਦੀਆਂ? ਮੈਂ 3 ਕਹ ਗਈ। 3 ਗੱਡੀਆਂ ਹੋਰ? ਠੀਕ ਹੈ। ਕੀ ਪੁੱਛਣਾ ਹੋਰ? ਬਸ ਕਿ ਕਿੱਥੇ ਇਹਦਾ ਲੋਕੇਸ਼ਨ ਕੀ ਹੈ? ਕਿ ਮੁਕਸਰ ਕਿੱਥੇ ਡੇਰੀ ਹੈ? ਥਾਂਦੇੜਾ ਰੋਡ, ਕੱਚਾ ਰੋਡ ਬਿਨਾ ਵਜਦਾ ਜੀ। ਤੁਹਾਨੂੰ ਮੰਨ ਲਓ ਤੁਸੀਂ ਸਪਲਾਈ ਕਰਦੇ ਹੋ, ਤੁਹਾਨੂੰ ਅੱਜ ਤੱਕ ਕਿਸੇ ਡਿਪਾਰਟਮੈਂਟ ਨੇ ਪੁੱਛਿਆ ਰੋਕ ਕੇ ਵੀ ਕੀ ਸਪਲਾਈ ਕਰ ਰਹੇ ਹੋ? ਨਾ, ਆਪਾਂ ਨੇ ਪੁੱਛਿਆ। ਤੁਹਾਨੂੰ ਕਿੰਨੇ ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ? 6 ਮਹੀਨੇ ਹੋ ਗਏ। 6 ਮਹੀਨੇ ਹੋ ਗਏ। 6 ਮਹੀਨਿਆਂ 'ਚ ਤੁਹਾਡੀ ਕਦੇ ਪੁੱਛ ਗਿੱਛ ਹੋਈ ਨਹੀਂ ਵੀ ਆਹ ਕੀ ਲੈ ਕੇ ਜਾ ਰਹੇ ਹੋ, ਕਿੱਥੇ ਸਪਲਾਈ ਕਰ ਰਹੇ ਹੋ? ਕੋਈ ਮਹਿਕਮੇ ਦੇ ਅਧਿਕਾਰੀ ਨੇ ਪੁੱਛਿਆ ਹੋਵੇ? ਤੁਹਾਡੀ ਕੋਈ ਸੈਂਪਲਿੰਗ ਹੋਈ ਹੋਵੇ? ਕਿਤੋਂ ਨਹੀਂ ਹੋਈ। ਇਹ ਅੱਡ ਅੱਡ ਮਾਰਕੀਟ ਵਾਲੀਆਂ ਜਿਵੇਂ ਆਈਸਕ੍ਰੀਮ ਹੋ ਗਈ, ਦੁੱਧ ਹੋ ਗਿਆ, ਦਹੀਂ ਹੋ ਗਿਆ, ਇਹ ਇੱਕ ਥਾਂ ਤੋਂ ਹੀ ਲੈਂਦੇ ਤੁਸੀਂ? ਨਹੀਂ, ਆਪਣਾ ਏਜੰਸੀ ਹੈ ਕਿ ਖਬਰੋਂ ਮਾਲ ਆ ਗਿਆ ਜੀ। ਨਹੀਂ ਨਹੀਂ, ਤੁਸੀਂ ਲੋਡ ਕਿੱਥੋਂ ਕਰਦੇ ਹੋ? ਅਜੇ ਤਾਂ ਇੱਕ ਥਾਂ ਤੋਂ ਲੱਗੇ ਆ ਜਿੱਦਾਂ। ਅੱਛਾ, ਉੱਥੋਂ ਹੀ ਲੋਡ ਕਰਦੇ ਹੋ? ਇਹ ਸਾਰਾ ਮਾਲ ਤੁਹਾਨੂੰ ਉੱਥੋਂ ਹੀ ਮਿਲਦਾ? ਹਾਂਜੀ, ਇੱਕ ਥਾਂ ਤੋਂ ਹੀ। ਠੀਕ ਹੈ। ਹਾਂਜੀ ਭਾਈ, ਇਹ ਗੱਡੀ ਤੁਹਾਡੀ ਹੈ ਜੀ? ਜੀ, ਮੇਰੀ ਹੈ। ਇਹਦੇ ਵਿੱਚ ਜਿਹੜਾ ਮਾਲ ਆ ਉਹ ਤੁਹਾਡਾ? ਮੇਰਾ ਅੱਧਾ ਮਾਲ ਮੇਰਾ ਜੀ। ਕੀ ਕੋਸਾ ਤੁਹਾਡਾ? ਮੇਰਾ ਜਿਹੜਾ ਦੁੱਧ ਹੈ ਪੈਕਿੰਗ ਵਾਲਾ ਜਿਹੜਾ ਲਿਖਿਆ ਜੀ, ਇਹ ਮੇਰਾ ਨਹੀਂ ਹੈਗਾ ਜੀ। ਠੀਕ ਹੈ। ਤੇ ਜਿਹੜਾ ਇਹਦੇ ਵਿੱਚ ਆਈਸਕ੍ਰੀਮ ਆ ਉਹ ਵੀ ਮੇਰੀ ਨਹੀਂ, ਉਹ ਹੋਰ ਦੀ ਏਜੰਸੀ ਦੀ ਹੈ ਜੀ। ਹੋਰ ਜੀ। ਬਸ ਮੇਰਾ ਪਨੀਰ ਹੈ ਜੀ ਤੇ ਲੱਸੀ ਤੇ ਦਹੀਂ ਹੈ ਜੀ। ਠੀਕ ਹੈ। ਇੱਕ ਲੱਸੀ ਤੇ ਵੀ ਕੋਈ ਤੁਹਾਡੀ ਕੋਈ ਉਹ ਐਕਸਪਾਇਰੀ ਜਾਂ ਕੋਈ? ਉਹ ਸਰ ਸਾਡੀ ਮਸ਼ੀਨ ਦੀ ਉਹ ਜਿਹੜੀ ਹੈਗੀ ਹੈ ਪੈਨਲ ਖਰਾਬ ਸੀਗਾ ਜਿੰਦੇ ਕਰਕੇ ਐਕਸਪਾਇਰੀ ਨਹੀਂ ਪਾਈ। ਇਹ ਕਿੰਨੇ ਚਿਰ ਤੋਂ ਖਰਾਬ ਆ ਪੈਨਲ? ਇਹ ਹੋਣੀ ਹੋਈ ਹੈ ਜੀ ਸਾਡੀ ਜੀ, ਨਹੀਂ ਅਸੀਂ ਪਹਿਲਾਂ ਪਾਉਂਦੇ ਰਹੇ ਹਾਂ ਜੀ। ਨਹੀਂ, ਗੱਡੀ ਫੜਨ ਤੋਂ ਬਾਅਦ ਹੋਈ ਹੈ? ਨਹੀਂ ਸਰ, ਪਹਿਲਾਂ ਹੀ ਹੋਈ ਹੈ ਜੀ। ਇਹ ਤੁਸੀਂ ਕਿੰਨੇ ਪਿੰਡਾਂ ਸਪਲਾਈ ਕਰਦੇ? ਅਸੀਂ ਇੱਥੇ ਕਰਦੇ ਹਾਂ ਜੀ, ਆਹ ਇੱਥੋਂ ਆਉਂਦੀ ਹੈ ਗੱਡੀ ਅਰਨੀ ਵਾਲੇ ਤੇ ਆਹ ਆਲਮ ਵਾਲਾ ਜੀ, ਜਿਵੇਂ ਰਪਾਣਾ ਜੀ। ਕਿੰਨੇ ਚਿਰ ਤੋਂ ਇਹ ਚੱਲਦੀ ਸਪਲਾਈ? ਇਹ ਹੈਗਾ ਜੀ ਸਾਡੇ ਦਾ 4-5 ਮਹੀਨੇ ਦਾ ਕੰਮ ਜੀ। ਮੇਰਾ ਕੰਮ ਤਾਂ ਮੇਰਾ ਪੁਰਾਣਾ, ਪਰ ਮੈਂ ਸਪਲਾਈ ਦਾ ਕੰਮ ਨਹੀਂ ਕਰਦਾ ਸੀਗਾ। ਕਿੰਨੀ ਵਾਰੀ ਚੈਕਿੰਗ ਹੋਈ ਹੈ ਤੁਹਾਡੀ ਗੱਡੀ ਦੀ? ਗੱਡੀ ਦੀ ਚੈਕਿੰਗ ਨਹੀਂ ਮੇਰੀ ਸਰ ਹੋਈ ਜੀ, ਮੇਰੀ ਵੈਸੇ ਹੋਈ ਹੈ ਜਿਹੜੀ ਚੈਕਿੰਗ ਉੱਥੇ ਜਿਹੜਾ। ਹਾਂਜੀ, ਉੱਥੇ ਹੁੰਦੀ ਰਹਿੰਦੀ ਹੈ। ਕਿੰਨੇ ਚਿਰ ਬਾਅਦ ਹੁੰਦੀ ਹੈ? ਹੋਈ ਹੈ ਜੀ ਉੱਥੇ 8 ਮਹੀਨੇ ਪਹਿਲਾਂ ਵੀ ਹੋਈ ਹੈ ਜੀ। ਠੀਕ ਹੈ। ਜਿਵੇਂ ਹੁੰਦੀ ਹੈ ਕਾਰਵਾਈ ਸਾਰਿਆਂ ਦੀ ਹੁੰਦੀ ਹੈ, ਉਵੇਂ ਮੇਰੀ ਹੋ ਜਾਂਦੀ ਹੈ। ਜਿਵੇਂ ਇੱਕ ਕੰਪਨੀ ਹੈ ਕੋਈ, ਤੁਹਾਡਾ ਇਹ ਗੱਡੀ ਵੀ ਤੁਹਾਡੀ ਹੈ ਨਾ? ਹਾਂਜੀ, ਗੱਡੀ ਦੇ ਨਾਂ ਤੇ ਹੈ ਜੀ ਗੱਡੀ। ਇਹ ਗੱਡੀ ਲਿੱਤੀ ਹੋਣੀ।